ਦਸੂਆ ਦੇ ਨੇੜੇ ਇੱਕ ਪਿੰਡ ਓਡਰਾ, ਉੱਥੋਂ ਦਾ ਇੱਕ ਜਿਹੜਾ 20 ਸਾਲ ਦਾ ਨੌਜਵਾਨ ਸੀ, ਉਹਦੀ ਗੋਲੀ ਲੱਗੀ ਹੋਈ ਸੀ। ਮੋਟਰਸਾਈਕਲ ਦੀ ਏਜੰਸੀ ਹੈ ਬਜਾਜ ਦੀ, ਉੱਥੇ ਕੰਮ ਕਰਦਾ ਸੀ, ਜਿੱਥੇ ਉਹਦੇ ਮਾਲਕ ਨੇ ਤੈਸ਼ ਵਿੱਚ ਆ ਕੇ ਉਹਦੀ ਗੋਲੀ ਮਾਰ ਦਿੱਤੀ ਹੈ। ਸਪੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ। ਬੀਤੇ ਦਿਨੀ ਦਸੂਹਾ ਦੇ ਬਲੰਗੜ ਚੌਕ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਿ ਬਜਾਜ ਮੋਟਰਸਾਈਕਲ ਏਜੰਸੀ ਦੇ ਮਾਲਕ ਵੱਲੋਂ ਆਪਣੇ ਹੀ ਵਰਕਰ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਮ੍ਰਿਤਕ ਗੁਰਪ੍ਰੀਤ ਸਿੰਘ ਏਜੰਸੀ ਦੇ ਵਿੱਚ ਮੋਟਰਸਾਈਕਲ ਮਕੈਨਿਕ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮ੍ਰਿਤਕ ਦੇ ਤਾਏ ਦਾ ਇਹ ਕਹਿਣਾ ਹੈ ਕਿ ਉਸਦਾ ਭਤੀਜਾ ਗੁਰਪ੍ਰੀਤ ਸਿੰਘ, ਜੋ ਕਿ ਪਿਛਲੇ 3 ਸਾਲਾਂ ਤੋਂ ਬਤੌਰ ਮਕੈਨਿਕ ਦਾ ਕੰਮ ਕਰ ਰਿਹਾ ਸੀ, ਤੇ ਰੋਜ਼ਾਨਾ ਹੀ ਆਪਣੇ ਘਰ ਨੂੰ ਪੈਦਲ ਆਉਂਦਾ ਜਾਂਦਾ ਸੀ, ਤੇ ਜਿਵੇਂ ਹੀ ਉਸ ਦਿਨ ਉਹ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਏਜੰਸੀ ਦੇ ਵਿੱਚ ਲੈਣ ਲਈ ਪੁੱਜਾ ਤਾਂ ਉੱਥੇ ਏਜੰਸੀ ਦੇ ਮਾਲਕ ਦੇ ਨਾਲ ਗੁਰਪ੍ਰੀਤ ਸਿੰਘ ਦੀ ਤੂੰ ਮੈਂ ਹੋ ਰਹੀ ਸੀ, ਅਤੇ ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਏਜੰਸੀ ਦੇ ਮਾਲਕ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਪਿਸਟਲ ਦੇ ਨਾਲ ਗੁਰਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ, ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ। ਜ਼ਖਮੀ ਹਾਲਤ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਅਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਤੇ ਪੁਲਿਸ ਦੇ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸ ਹਵਾਲੇ ਕਰ ਦਿੱਤੀ ਹੈ, ਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ। ਸੋ ਅੰਤਿਮ ਸੰਸਕਾਰ ਮੌਕੇ ਮਾਹੌਲ ਬੜਾ ਹੀ ਗਮਗੀਨ ਹੋਇਆ। ਮ੍ਰਿਤਕ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਵਿਰਲਾਪ ਹਰ ਇੱਕ ਦੀ ਅੱਖ ਨੂੰ ਨਮ ਕਰ ਰਿਹਾ ਹੈ। ਕੱਲ੍ਹ ਸ਼ਾਮ ਨੂੰ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਡੈੱਡ ਬੋਡੀ ਹੋਸਪਿਟਲ 'ਤੇ ਪਹੁੰਚੀ, ਜਿੱਥੇ SHO ਦਸੂਆ ਨੂੰ, ਮੈਂ DSP ਦਸੂਆ ਹੀ ਤੁਰੰਤ ਮੌਕੇ 'ਤੇ ਪਹੁੰਚ ਕੇ ਜਦੋਂ ਵੈਰੀਫਾਈ ਕੀਤਾ ਤਾਂ ਦਸੂਆ ਦੇ ਨੇੜੇ ਇੱਕ ਪਿੰਡ ਓਡਰ ਹੈ, ਉੱਥੋਂ ਦਾ ਇੱਕ ਜਿਹੜਾ 20 ਸਾਲ ਦਾ ਨੌਜਵਾਨ ਸੀ, ਉਹਦੀ ਗੋਲੀ ਲੱਗੀ ਹੋਈ ਸੀ। ਜੋ ਪੜਤਾਲ ਕਰਨ ਤੋਂ ਪਾਇਆ ਗਿਆ ਕਿ ਇਹ ਇੱਥੇ ਮੋਟਰਸਾਈਕਲ ਦੀ ਏਜੰਸੀ ਹੈ ਬਜਾਜ ਦੀ, ਉੱਥੇ ਕੰਮ ਕਰਦਾ ਸੀ, ਜਿੱਥੇ ਉਹਦੇ ਮਾਲਕ ਨੇ ਤੈਸ਼ ਵਿੱਚ ਆ ਕੇ ਉਹਦੀ ਗੋਲੀ ਮਾਰ ਦਿੱਤੀ ਹੈ। ਸੋ ਅਸੀਂ ਇਮੀਡੀਏਟਲੀ ਪਰਚਾ ਰਜਿਸਟਰ ਕਰਕੇ ਉਸ ਤੋਂ ਬਾਅਦ ਸਪੈਸ਼ਲ ਟੀਮਾਂ ਲਗਾ ਕੇ ਜਿਹੜਾ ਮੁਜਰਮ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ, ਐਂਡ ਉਹਨੂੰ ਜਿਹੜਾ ਵੈਪਨ ਦੇ ਨਾਲ ਜਿਹੜੀ ਗੋਲੀ ਚਲਾਈ ਸੀ ਅਸੀਂ ਉਹ ਵੈਪਨ ਵੀ ਰਿਕਵਰ ਕਰ ਲਿਆ। ਚੜ੍ਹਦੀ ਕਲਾ ਟਾਈਮ TV ਲਈ ਉੜਮੁੜ ਟਾਂਡਾ ਤੋਂ ਅਰਜੁਨ ਜੈਨ ਦੀ ਖਾਸ ਰਿਪੋਰਟ।